ਵੇ ਜਲਦੀ ਤੋਂ ਜਲਦੀ ਆਪਣੀ ਟੀਮ ਲੈ ਕੇ ਖੇਡ ਗਰਾਊਂਡ ਦੇ ਅੰਦਰ ਆਉਣਗੇ। ਲਓ ਸ਼ੀਪੇ ਦੀ ਰੇਡ ਦੇ ਉੱਪਰ ਤੇ ਕਾਕਾ ਨਹੀਂ ਜੱਫਾ ਲਾ ਸਕਿਆ ਤੇ ਪੁਆਇੰਟ ਕਾਰੀ ਦੀ ਟੀਮ ਦੇ ਸੇ ਜੁੜਦਾ ਹੋਇਆ ਇੱਕ ਹੋਰ ਲੱਖਾਂ ਵਰਗਾ ਨੰਬਰ। ਚੱਲ ਵੀ ਬਾਵੀ ਪਾ ਅਗਲੀ ਰੇਡ। ਹੁਣ ਅਗਲੀ ਰੇਡ ਜਿਹੜੀ ਇਸ ਸਮੇਂ ਮੈਦਾਨ ਦੇ ਵਿੱਚ ਬਾਵੀ ਦੀ ਪੈਂਦੀ ਹੋਈ ਵੱਧ ਕੇ ਕਾਲੇ ਸੰਗਿਆਂ ਵਾਲਾ ਰੇਡ ਪਾ ਰਿਹਾ। ਹਰ ਪੈਂਦੀ ਹੋਈ ਕਬੱਡੀ ਦੇ ਉੱਪਰ ਅਮਨ ਵਰਗੇ, ਮਾਨ ਵਰਗੇ, ਦਾਰੇ ਵਰਗੇ, ਪ੍ਰਦੀਪ ਵਰਗੇ ਖਿਡਾਰੀ ਜਿਹੜੇ ਬਿਲਕੁਲ ਤਿਆਰ ਵਰ ਤਿਆਰ ਨੇ। ਹਲਕਾ ਜਿਹਾ ਟੱਚ ਹੋ ਗਿਆ ਤੇ ਪੁਆਇੰਟ ਕਾਲੇ ਸੰਗਿਆਂ ਦੀ ਟੀਮ ਦੇ ਸੇ ਜੁੜਦਾ ਹੋਇਆ। ਸਲਾਣਾ ਤੇ ਪੰਡਾਲ ਦੋਨਾਂ ਇਹ ਟੀਮਾਂ ਜਲਦੀ ਤੋਂ ਜਲਦੀ ਖੇਡ ਗਰਾਊਂਡ ਦੇ ਲਾਗੇ ਆਉਣਗੀਆਂ। ਸਲਾਣਾ ਤੇ ਪੰਡਾਲ ਦੋਨਾਂ ਲਓ ਜੱਸਾ ਜੱਸਾ ਕਾਰੀ ਵਾਲਾ ਰੇਡ ਮਾਰਿਆ ਤੇ ਹਲਕਾ ਜਿਹਾ ਟੱਚ ਲਾ ਕੇ ਪੁਆਇੰਟ ਇਸ ਨੇ ਆਪਣੀ ਟੀਮ ਦੇ ਖਾਤੇ ਜੋੜਦਾ ਹੋਇਆ ਮੈਦਾਨ ਦੇ ਅੰਦਰ ਲੱਖਾਂ ਵਰਗਾ। ਵਿਜੀ ਪੰਡਾਲ ਵਾਲੇ ਦੀ ਟੀਮ ਦੇ ਅੱਗੇ ਵੇਂਦੀ ਹੈ ਜਲਦੀ ਤੋਂ ਜਲਦੀ ਆਦੇ ਪੰਡਾਲ ਦੋਨਾਂ ਦੇ ਜਿਹੜੇ ਪਲੇਅਰ ਨੇ ਜਲਦੀ ਤੋਂ ਜਲਦੀ ਖੇਡ ਗਰਾਊਂਡ ਦੇ ਲਾਗੇ ਆ ਜਾਣਾ। ਸਲਾਣੇ ਦੇ ਨਾਲ ਮੈਚ ਖੇਡਿਆ ਜਾਵੇਗਾ ਪੰਡਾਲ ਦੋਨੇ ਦਾ ਤੇ ਪਹਿਲੇ ਮੈਚ ਦੇ ਵਾਸਤੇ ਬਾਬਾ ਨਾਮਦੇਵ ਕਬੱਡੀ ਕਲੱਬ ਕਮਾਣ ਤੇ ਮਿਆਦੀਆ ਕਲਾਂ ਦੀ ਟੀਮ ਜਿਹੜੀ ਆ ਬਿਲਕੁਲ ਤਿਆਰ ਵਰ ਤਿਆਰ ਹੋ ਕੇ ਖੇਡ ਗਰਾਊਂਡ ਦੇ ਲਾਗੇ ਪੁੱਜੇਗੀ। ਅੱਜ ਦਾ ਜੋ ਪਹਿਲਾ ਮੈਚ ਖੇਡਿਆ ਜਾਵੇਗਾ ਬਾਬਾ ਨਾਮਦੇਵ ਕਬੱਡੀ ਕਲੱਬ ਕਮਾਣ ਤੇ ਮਿਆਦੀਆ ਕਲਾਂ ਦਾ ਜੋ ਅੱਜ ਦਾ ਫਸਟ ਮੈਚ ਹੈ ਟੀਮਾਂ ਜਲਦੀ ਤੋਂ ਜਲਦੀ ਤਿਆਰ ਹੋ ਕੇ ਖੇਡ ਗਰਾਊਂਡ ਦੇ ਲਾਗੇ ਆਉਣਗੀਆਂ। ਸੰਤ ਬਾਬਾ ਸਤਪਾਲ ਸਿੰਘ ਕਬੱਡੀ ਕਲੱਬ ਕਾਰੀ ਸਾਰੀ, ਬਾਬਾ ਫਤਿਹ ਸਿੰਘ ਕਬੱਡੀ ਕਲੱਬ ਘੁੱਗਸ਼ੋਰ ਦੀ ਟੀਮ ਵੀ ਜਿਹੜੀ ਬਿਲਕੁਲ ਤਿਆਰ ਹੋ ਕੇ ਖੇਡ ਗਰਾਊਂਡ ਦੇ ਲਾਗੇ ਪੁੱਜੇ। ਲਓ ਕਾਕੇ ਦੀ ਕਬੱਡੀ ਦੇ ਉੱਪਰ ਤੇ ਨੰਬਰ ਕਾਲੇ ਸੰਘਿਆਂ ਦੀ ਟੀਮ ਦੇ ਸੇ ਜੁੜਦਾ ਹੋਇਆ। ਸਾਡੇ ਸਤਿਕਾਰਯੋਗ ਜਿੰਦਰ ਹੋਣਾ ਦਾ, ਪਾਲੀ ਹੋਣਾ ਦਾ, ਚੀਕ ਹੋਣਾ ਦਾ ਧੰਨਵਾਦ ਹੈ ਜਿਹੜਾ ਸਿੱਧਾ ਕਬੱਡੀ 365 ਦੇ ਜ਼ਰੀਏ ਜੁੜੇ ਹੋਏ ਨੇ। ਹਾਂਜੀ ਬਈ, ਜਿਹੜਾ ਲੱਕਾ ਕਾਨੇ ਨੂੰ ਕੋਈ ਵੀ ਪੈਸਾ ਨਾ ਦਿਓ, ਕੋਈ ਵੀ ਜਦੋਂ ਇਹ ਘੁੰਮਣਾ ਕੋਈ ਵੀ ਰੁਪਈਆ ਨਾ ਇਹਨੂੰ ਦਿਓ। ਔਰ ਸਾਡਾ ਵੀ ਜਗਦੀਪ ਮਰਨਾਈਆਂ ਵਾਲਾ ਆਸਟ੍ਰੇਲੀਆ ਦੇ ਵਿੱਚ ਬੈਠ ਕੇ ਦੇਖ ਰਿਹਾ, ਉਹਦੇ ਵੀ ਦਾ ਵੀ ਧੰਨਵਾਦ ਹੈ ਕਬੱਡੀ 365 ਦੇ ਜ਼ਰੀਏ। ਲਓ ਮਾਨ ਨਹੀਂ ਜਫਾ ਲਾ ਸਕਿਆ ਦੇ ਨੰਬਰ ਰੇਡਰ ਦੇ ਸੇ ਜੁੜਦਾ ਹੋਇਆ। ਲੈ ਵੀ ਸ਼ੀਪਿਆ ਪਾ ਰੇਡ। ਹੁਣ ਅਗਲੀ ਕਬੱਡੀ ਫੇਰ ਇਸ ਸਮੇਂ ਕਾਰੀ ਪਿੰਡ ਦਾ ਸ਼ੀਪਾ ਪਾਉਣ ਦੇ ਲਈ ਮੈਦਾਨ ਦੇ ਵਿੱਚ ਵਧਿਆ ਹੋਇਆ। ਪੰਡਾਲ ਦੋਨੇ ਦੀ ਟੀਮ ਜਲਦੀ ਤੋਂ ਜਲਦੀ ਆਵੇ। ਪੰਡਾਲ ਦੋਨਾ ਮੈਂ ਬੇਨਤੀ ਕਰ ਰਿਹਾ ਪੰਡਾਲ ਦੋਨੇ ਦੀ ਟੀਮ ਦੇ ਅੱਗੇ ਵੀ ਜਲਦੀ ਤੋਂ ਜਲਦੀ ਖੇਡ ਗਰਾਊਂਡ ਦੇ ਲਾਗੇ ਆ ਜਾਣਾ। ਸਲਾਣੇ ਦੀ ਟੀਮ ਜਲਦੀ ਪੁੱਜੇ ਪੰਡਾਲ, ਦੋਨੇ ਦੇ ਪਲੇਅਰ ਵੀ ਜਿਹੜੇ ਜਲਦੀ ਆ ਜੋ ਪਹਿਲਾ ਸੈਮੀ ਫਾਈਨਲ ਮੈਚ ਖੇਡਿਆ ਜਾਵੇਗਾ ਪਿੰਡ ਪੱਧਰ ਦਾ। ਸੋ ਦੋਵਾਂ ਟੀਮਾਂ ਦਾ ਇੰਤਜ਼ਾਰ ਕੀਤਾ ਜਾ ਰਿਹਾ ਸਾਡੇ ਪ੍ਰਬੰਧਕ ਵੀਰਾਂ ਦੇ ਵੱਲੋਂ। ਇਹ ਜ਼ਰੂਰੀ ਜਿਹੜੀ ਅਨਾਊਂਸਮੈਂਟ ਹੈ, ਮੈਂ ਸਾਰੇ ਸਾਡੇ ਪ੍ਰਬੰਧਕਾਂ ਦਾ, ਸਾਡੇ ਸਮੂਹ ਨਗਰ ਨਿਵਾਸੀਆਂ ਦਾ, ਸਾਡੇ NRI ਵੀਰਾਂ ਦਾ ਬਹੁਤ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਦੇ ਵੱਡੇ ਸਹਿਯੋਗ ਇਸ ਖੇਡ ਮੇਲੇ ਨੂੰ ਸਫਲ ਬਣਾਉਣ ਦੇ ਵਾਸਤੇ। ਪਰ ਆਓ ਦੇਖਾਂਗੇ ਕਿ ਪਾਸੇ ਮਾਨ ਤੇ ਦੂਸਰੇ ਪਾਸੇ ਮਨਜਿੰਦਰ ਸਿੰਘ ਕਾਲੇ ਸੰਘਿਆਂ ਵਾਲਾ ਆਪਣੀ ਟੀਮ ਦੇ ਉੱਤੇ ਲੱਖਾਂ ਵਰਗਾ ਪੁਆਇੰਟ ਜੋੜਦਾ ਹੋਇਆ। ਚੱਲ ਵੀ ਜੱਸਿਆ ਪਾ ਰੇਡ। ਉਧਲੇ ਪਾਸੇ ਸਾਡੇ ਨਿੱਕੇ ਸਰਪੰਚ ਹੋਣੀ, ਬਾਦਲ ਹੋਣੀ, ਪੰਮੇ ਹੋਣੀ ਵੱਡੀ ਹੱਲਾਸ਼ੇਰੀ ਦੇ ਰਿਹਾ ਟੀਮ ਨੂੰ। ਪਰ ਇਧਰਲੇ ਪਾਸੇ ਜੱਸੇ ਦੀ ਕਬੱਡੀ ਦੇ ਉੱਪਰ ਹੁਣ ਕਾਲੇ ਸੰਘਿਆਂ ਦਾ ਮੋਨੀ, ਲੇਕਿਨ ਨੰਬਰ ਕਬੱਡੀ ਕਬੱਡੀ ਦੇ ਪੁਆਇੰਟ ਕਾਰੀ ਦੀ ਟੀਮ ਦੇ ਖਾਤੇ ਜੁੜਦਾ ਹੋਇਆ ਮੈਦਾਨ ਦੇ ਵਿੱਚ। ਵੱਡਾ ਵੀਰ ਲੰਬੜ ਵੀ ਦੇਖ ਰਿਹਾ ਕਿ ਵਧੀਆ ਖੇਡ ਦਾ ਪ੍ਰਦਰਸ਼ਨ ਕਰ ਰਹੇ ਆ ਖਿਡਾਰੀ ਸਾਡੇ ਨਗਰ ਦੇ। ਪੰਡਾਲ ਦੋਨੇ ਦੀ ਟੀਮ ਦੇ ਅੱਗੇ ਬੇਨਤੀ ਹੈ ਵੀ ਜਲਦੀ ਆ ਜਾਓ ਪੰਡਾਲ ਦੋਨੇ ਦੀ ਟੀਮ। ਸਾਡੇ ਸੋਨੀ ਪੰਡਾਲ ਉਹਨਾਂ ਦੇ ਅੱਗੇ ਬੇਨਤੀ ਆ, ਰਾਜੇ ਪੰਡਾਲ ਉਹਨਾਂ ਦੇ ਅੱਗੇ ਵੀ ਉਹ ਜਲਦੀ ਤੋਂ ਜਲਦੀ ਟੀਮ ਲੈ ਕੇ ਖੇਡ ਗਰਾਊਂਡ ਦੇ ਲਾਗੇ ਆ ਜਾਣਗੇ। ਬਹੁਤ ਤਕੜਾ ਮੈਚ ਸਲਾਣੇ ਦਾ, ਪੰਡਾਲ ਦੋਨੇ ਦੇ ਨਾਲ ਖੇਡਿਆ ਜਾਵੇਗਾ। ਪ੍ਰਦੀਪ ਤੇ ਅਮਨ ਦੀ ਜੋੜੀ ਜਿਹੜੀ ਹੈ ਵੀ ਪੰਜਾਬ ਦੇ ਕੱਪਾਂ ਦੇ ਵਿੱਚ ਪ੍ਰਸਿੱਧ ਹੈ, ਲੇਕਿਨ ਗੋਡੇ ਦੇ ਸੱਟ ਲੱਗਣ ਦੇ ਕਾਰਨ ਜਿਹੜੀ ਹੈ ਥੋੜੀ ਗੇਮ ਦੇ ਵਿੱਚ ਤਬਦੀਲੀ ਆ ਗਈ ਹੈ। ਮਾਲਕ ਮਿਹਰ ਕਰੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਲਦੀ ਤੋਂ ਜਲਦੀ ਖਿਡਾਰੀ ਠੀਕ ਹੋ ਕੇ ਫਿਰ ਇਸ ਨਗਰ ਦਾ ਜਿਹੜਾ ਨਾਮ ਹੈ ਉਹ ਰੋਸ਼ਨ ਕਰਨਗੇ। ਤੇ ਪੰਡਾਲਾਂ ਦੇ ਅੱਗੇ ਵਾਰ ਵਾਰ ਬੇਨਤੀ ਹੈ ਵੀ ਜਲਦੀ ਤੋਂ ਜਲਦੀ ਆ ਜਾਓ। ਫਾਈਨਲ 70 ਦਾ ਖੇਡਿਆ ਜਾ ਰਿਹਾ, 70 ਦੇ ਫਾਈਨਲ ਤੋਂ ਬਾਅਦ ਪਿੰਡ ਪੱਧਰ ਦਾ ਸੈਮੀ ਖੇਡਿਆ ਜਾਵੇਗਾ ਪੰਡਾਲ ਦੋਨਾਂ ਤੇ ਸਲਾਣੇ ਦੀ ਟੀਮ ਦੇ ਵਿਚਕਾਰ। ਤੇ ਇਧਰਲੇ ਪਾਸੇ ਸ਼ੀਪਾ ਤੇ ਦੂਸਰੇ ਪਾਸੇ ਮੋਨੀ ਕਾਲੇ ਸੰਘਿਆਂ ਦਾ। ਆਓ ਸੱਜੇ ਖੱਬੇ ਕਬੱਡੀ ਕਬੱਡੀ, ਆਓ ਤਾੜੀ ਜ਼ੋਰਦਾਰ ਮਾਰ ਦਿਓ ਸ਼ੀਪੇ ਦੇ ਵਾਸਤੇ ਕਿ ਮੈਂ ਵੀ
जट का पोता अर्जुन वर्गा नहीं अखां बन के तीर टकाने ला दूंगा कि अखां बन के तीर टकाने ला दूंगा। साडे हरदीप का धन्यवाद है कि जो अज का पहला मैच खेड़ा जाएगा संत बाबा सतपाल सिंह कारी सारी ते बाबा फतेह सिंह कबड्डी क्लब को बिशोर दी टीम दा। ये दोवें टीमां जिहड़ियां तैयार होकर खेल ग्राउंड दे लागे आ जाणा है। संत बाबा सतपाल सिंह कारी सारी ते बाबा फतेह सिंह कबड्डी क्लब जस्सा ते पॉइंट अपनी टीम दे सी जोड़दा होया है। साडे सुखी उहनां दे वल्लों वी वड्डा मान सम्मान ते जोनी यूएसए दे विच बैठ के ऐलान करदा है वी प्रदीप जिन्ने जफ्फे लावेगा साडे वल्लों 5-500 दे वड्डे जिहड़े मान सम्मान दित्ते जाणगे ते आल ओपन क्लब दा पहला मैच जो खेडा जाएगा संत बाबा सतपाल सिंह कारी सारी ते बाबा फतेह सिंह कबड्डी क्लब तो किशोर साडे सुखे तो गुणा दी टीम है वो जल्दी तो जल्दी खेड़ ग्राउंड दे विच लेके आ जाणा है। लो प्रदीप नहीं जफा ला सका दे नंबर रेटर दे से जुड़दा हुआ है। लै भी शीपिया पारेड हुण शीपे दे वास्ते भी जिहड़े वड्डे मान सम्मान पुजदे कीते जाणगे साडे सुखे उहनां दे वल्लों धन्नवाद है। साडे सारे सत्कारयोग वीरां दा जिहड़े वीर स्टेज दे उपर बैठ के आनंद माण रहे आ उहनां दा भी धन्नवाद है। इलाके भर दीआं संगतां दा धन्नवाद है जो देख रहीआं ने खेड़ कबड्डी नूं। विधि कारी दी टीम दा चौं जाफियां दे विचों जिहड़ा भी जफा लावे जोनी यूएसए वल्लों 500 दित्ता जाएगा। लिया भी हासमे दे जिहड़े स्कोर है वह सांझे करिए आपां ते सलाणे दी टीम दे अगे बेनती भी जल्दी आ जावे। सलाणे दी टीम पंडाल दोने दे प्लेयरां दे अगे बेनती है भी वह भी जल्दी तो जल्दी आ जाण। पंडाल दोना ते सलाणा जो पिंड पदर दा मैच खेडिया जाएगा। चलदे मैच दे विच कारी दे पॉइंट 8 रहे ने ते काले संगियां दे पॉइंट 12.5 पॉइंट 12.5 काले संगियां ते 8 पॉइंट जिहड़े चलदे मैच दे विच कारी दे रहे आ ते पहला मैच संत बाबा सतपाल सिंह कारी सारी ते बाबा फतेह सिंह कबड्डी क्लब तो किशोर दा जो आल ओपन क्लबां दा खेडिया जाएगा। उस तो पहला पिंड पद्धर दा सैमी पंडाल दोना ते सलाणे दी टीम दे विचकार यह भी टीमां जिहड़ियां बिल्कुल तैयार होकर खेड ग्राउंड दे लागे आउणगीआं। बेनती है मेरी ते साइडां हुण देखांगे भी चेंज होण जा रहीआं ने। वीरी आ जाओ जल्दी तो जल्दी बेनती है पंडाल दोने दे अगे पंडाल दोना आ गई सलाणे दी टीम जल्दी आवे। वरिंदर मान ते साडे अर्श सलाणे उहनां दे अगे बेनती है भी जल्दी तो जल्दी टीम लैके खेड ग्राउंड दे अंदर आउणगे। बहुत तगड़ा मैच खेडा जाएगा सलाणे दा। और साडे बहुत ही सत्कारयोग जगदीप साडा वीर आस्ट्रेलिया दे विच बैठ के आनंद मार रहा है ते अर्शी साडा वीर यूएसए दे विच बैठ के देख रहा है। लेकिन इधरले पासे देखांगे भी इहनूं अमन कहिंदे कोई अमनू कहिंदा है। सुखे पंडाल दी जदों चर्चा हुंदी है ते उस तरह दा अंदाज कबड्डी 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 आओ बल्ले बल्ले सज्जे खब्बे ते पॉइंट रेडर दे वास्ते जुड़दा होया मैदान दे अंदर मनजिंदर सिंह अपनी टीम दे खाते चल भी कारी वालिया पारेड मुंडा करदा कमाल यार मेगा विच आ गया जोर ते जवानी नाल नाम चमका गया है कि जोर ते जवानी नाल नाम चमका गया है। लो आ देखांगे भी कारी बनदा शीपा अगली कबड्डी पाउण दे वास्ते मैदान दे विच वधिया होया वध के पैंदी रेड ते इक कनी ते देखांगे भी मोनी लेकिन शीपा हवा हवाई हुंदा आ सजे खब्बे डी दे कोल मुकाबला कबड्डी 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 बल्ले 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 क्या बात है ताड़ियां वज रहीआं ने नंबर कारी दी टीम दे खाते जुड़दा होया मैदान दे विच बहुत ही शानदार ते जानदार पॉइंट है।
ਪੰਡਾਲ ਦੋਨੇ ਦੀ ਟੀਮ ਪੁੱਜ ਗਈ ਆ। ਮੈਂ ਨਾਲ ਹੀ ਬੇਨਤੀ ਕਰਾਂਗਾ ਸੁਲਾਣੇ ਦੀ ਟੀਮ ਦੇ ਅੱਗੇ, ਸਮਾਣੇ ਵਾਲੇ ਵੀ ਆ ਜਾਓ ਜੀ, ਸਮਾਣੇ ਵਾਲੇ ਛੇਤੀ ਤੋਂ ਛੇਤੀ ਜੀ। ਸੁਲਾਣੇ ਦੀ ਟੀਮ ਦੇ ਪਲੇਅਰ ਜਲਦੀ ਤੋਂ ਜਲਦੀ ਖੇਡ ਗਰਾਊਂਡ ਦੇ ਲੱਗੇ ਆਉਣਗੇ, ਇਹ ਸੈਮੀ ਮੈਚ ਖੇਡਿਆ ਜਾਵੇਗਾ। ਉਸ ਤੋਂ ਬਾਅਦ ਸੰਤ ਬਾਬਾ ਸਤਪਾਲ ਸਿੰਘ ਕਬੱਡੀ ਕਲੱਬ ਕਾਰੀ ਸਾਰੀ ਤੇ ਬਾਬਾ ਫਤਿਹ ਸਿੰਘ ਕਬੱਡੀ ਕਲੱਬ ਘੁੱਗਸ਼ੋਰ ਦੇ ਵਿਚਕਾਰ ਜਿਹੜਾ ਅੱਜ ਦਾ ਕਲੱਬਾਂ ਦਾ ਪਹਿਲਾ ਮੈਚ ਖੇਡਿਆ ਜਾਵੇਗਾ। ਟੀਮਾਂ ਬਿਲਕੁਲ ਤਿਆਰ ਹੋ ਕੇ ਖੇਡ ਗਰਾਊਂਡ ਦੇ ਲਾਗੇ ਰਹਿਣਗੀਆਂ। ਲਓ ਅਗਲੀ ਰੇਡ, ਹੁਣ ਫੇਰ ਦੇਖਾਂਗੇ ਵੀ ਜੱਸੇ ਦੀ ਪੈਂਦੀ ਹੋਈ ਮੈਦਾਨ ਦੇ ਵਿੱਚ ਕਿ ਹੌਲੀ ਹੌਲੀ ਪੱਬ ਦਰ ਕੱਢ ਕੇ ਕਬੱਡੀਆਂ ਪਾਵੇ, ਕੌਡੀ ਪਾਉਂਦੇ ਮੁੰਡੇ ਦੀ ਯਾਰ ਸਿਫਤ ਕਰੀ ਨਾ ਜਾਵੇ, ਕਿ ਕੌਡੀ ਪਾਉਂਦੇ ਮੁੰਡੇ ਦੀ ਯਾਰ ਸਿਫਤ ਕਰੀ ਨਾ ਜਾਵੇ। ਇਧਰਲੇ ਪਾਸੇ ਜੱਸਾ ਆਪਣੀ ਟੀਮ ਦੇ ਖਿੱਤੇ ਇੱਕ ਹੋਰ ਨੰਬਰ ਦਾ ਵਾਧਾ ਕਰਦਾ ਹੋਇਆ ਸਾਡੇ ਜਗਦੀਪ ਹੁਣਾਂ ਦਾ, ਸਾਡੇ ਜੋਨੀ ਯੂਐਸਏ ਦੇ ਵਿੱਚ ਬੈਠ ਕੇ ਦੇਖ ਰਿਹਾ ਉਹਦਾ ਵੀ ਧੰਨਵਾਦ ਹੈ, ਅਰਸ਼ ਯੂਐਸਏ ਦੇ ਵਿੱਚ ਬੈਠ ਕੇ ਦੇਖ ਰਿਹਾ ਉਹਦਾ ਵੀ ਧੰਨਵਾਦ ਹੈ, ਸਾਡੇ ਜਿੰਦਰ ਹੁਣਾਂ ਦਾ, ਪਾਲੀ ਹੁਣਾਂ ਦਾ, ਚੀਕੂ ਹੁਣਾਂ ਦਾ ਧੰਨਵਾਦ ਹੈ ਜਿਨ੍ਹਾਂ ਦੇ ਵੱਡੇ ਸਹਿਯੋਗ ਇਸ ਖੇਡ ਮੇਲੇ ਨੂੰ ਦਿੱਤੇ ਜਾਂਦੇ ਆ ਹਰ ਸਾਲ। ਪਰ ਇਧਰਲੇ ਪਾਸੇ ਮਨਜਿੰਦਰ ਤੇ ਪ੍ਰਦੀਪ, ਮਨਜਿੰਦਰ ਪ੍ਰਦੀਪ ਆ ਬੱਲੇ 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 ਬੱਲੇ, ਕਬੱਡੀ ਕਬੱਡੀ ਹੋਈ ਪਈ ਆ ਸੱਜੇ ਖੱਬੇ ਤੇ, ਨੰਬਰ ਰੇਡਰ ਦੇ ਵਾਸਤੇ ਪੁਆਇੰਟ ਮਨਜਿੰਦਰ ਸਿੰਘ ਆਪਣੀ ਟੀਮ ਦੇ ਸੇ ਜੋੜਦਾ, ਸੱਟ ਗੋਡੇ ਦੇ ਉੱਪਰ ਲੱਗੀ ਆ, ਮਾਲਕ ਮਿਹਰ ਕਰੇ ਕਿ ਸੱਟਾਂ ਪੇਟਾਂ ਤੋਂ ਥੋੜਾ ਜਿਹਾ ਪਰਹੇਜ਼ ਰਵੇ, ਕਿਸੇ ਵੀ ਖਿਡਾਰੀ ਦੇ ਸੱਟ ਜਿਹੜੀ ਨਾ ਲੱਗੇ, ਸੰਤਾਂ ਮਹਾਂਪੁਰਸ਼ਾਂ ਦੇ ਚਰਨਾਂ ਦੇ ਵਿੱਚ ਬੇਨਤੀ ਹੈ। ਲਓ ਅਗਲੀ ਰੇਡ, ਹੁਣ ਫੇਰ ਮੈਦਾਨ ਦੇ ਵਿੱਚ ਸ਼ੀਪੇ ਦੀ ਪੈਂਦੀ ਹੋਈ ਵੱਧ ਕੇ ਸ਼ੀਪਾ ਰੇਡ ਪਾ ਰਿਹਾ ਤੇ ਸਾਹਮਣੇ ਦੇਖਾਂਗੇ ਵੀ ਕਾਲੇ ਸੰਘਿਆਂ ਵਾਲਾ ਕੌਣ ਜੱਫਾ ਲਾਊ। ਇੱਕ ਨੰਬਰ ਤੇ ਕੋਸ਼ਿਸ਼ ਕੀਤੀ ਆ ਤੇ ਨੰਬਰ ਰੇਡਰ ਦੇ ਵਾਸਤੇ ਸਲਾਣੇ ਦੇ ਪਲੇਅਰਾਂ ਦੇ ਅੱਗੇ ਬੇਨਤੀ ਵੀ ਜਲਦੀ ਆ ਜਾਓ ਸਲਾਣੇ ਦੀ ਟੀਮ ਤੇ ਕਲੱਬਾਂ ਦਾ ਜਿਹੜਾ ਪਹਿਲਾ ਮੈਚ ਖੇਡਿਆ ਜਾਵੇਗਾ ਸੰਤ ਬਾਬਾ ਸਤਪਾਲ ਸਿੰਘ ਕਬੱਡੀ ਕਲੱਬ ਕਾਰੀ ਸਰੀ ਤੇ ਬਾਬਾ ਫਤਿਹ ਸਿੰਘ ਕਬੱਡੀ ਕਲੱਬ ਘੁੱਗਸ਼ੋਰ ਦੀ ਟੀਮ ਦੇ ਵਿਚਕਾਰ, ਤੇ ਅੱਜ ਦਾ ਜੋ ਦੂਸਰਾ ਮੈਚ ਹੈ ਬਾਬਾ ਨਾਮਦੇਵ ਕਬੱਡੀ ਕਲੱਬ ਘੁਮਾਣ ਤੇ ਮਿਆਦੀਆਂ ਕਲਾਂ ਦਾ ਖੇਡਿਆ ਜਾਵੇਗਾ। ਸਾਰੀਆਂ ਟੀਮਾਂ ਜਿਹੜੀਆਂ ਰੈਡੀ ਹੋ ਕੇ ਖੇਡ ਗਰਾਊਂਡ ਦੇ ਲਾਗੇ ਆਉਣ। ਲਓ ਪੁਆਇੰਟ 22 ਜੋੜਦਾ ਹੋਇਆ ਕਾਲੇ ਸੰਘਿਆਂ ਦੀ ਟੀਮ ਦੇ ਸੇ ਚੱਲ ਵੀ ਜੱਸਿਆ ਪਾ ਰੇਡ। ਹੁਣ ਅਗਲੀ ਕਬੱਡੀ ਫੇਰ ਜੱਸਾ ਕਾਰੀ ਪਿੰਡ ਵਾਲਾ ਪਾਉਣ ਦੇ ਵਾਸਤੇ ਮੈਦਾਨ ਦੇ ਵਿੱਚ ਵਧਿਆ ਹੋਇਆ। ਠੀਕ ਹੈ ਜੀ, ਨਿੰਦੀ ਨਸਰਾਲੀਆ ਬਖਸ਼ਿਆ ਮੋਣਾ ਜੀ, ਠੀਕ ਹੈ ਠੀਕ ਹੈ ਠੀਕ ਹੈ, ਧੰਨਵਾਦ ਹੈ, ਵੱਡੇ ਮਾਨ ਸਨਮਾਨ ਭੇਜ ਰਹੇ, ਇਹਨਾਂ ਦਾ ਵਿਸ਼ੇਸ਼ ਤੌਰ ਤੇ ਕੀਤਾ ਜਾ ਰਿਹਾ ਹੈ। ਔਰ ਸਲਾਣੇ ਦੀ ਟੀਮ ਦੇ ਕੇ ਬੇਨਤੀ ਹੈ ਵੀ ਜਲਦੀ ਤੋਂ ਜਲਦੀ ਆਵੇ ਸਲਾਣੇ ਦੇ ਪਲੇਅਰ, ਸਲਾਣੇ ਵਾਲੇ ਆ ਜਾਓ ਜੀ ਛੇਤੀ ਤੋਂ ਛੇਤੀ, ਸਲਾਣੇ ਵਾਲੇ, ਸਲਾਣੇ ਦੇ ਪਲੇਅਰਾਂ ਦੇ ਅੱਗੇ ਬੇਨਤੀ ਹੈ ਵੀ ਆ ਜਾਓ ਜਲਦੀ ਤੋਂ ਜਲਦੀ ਖੇਡ ਗਰਾਊਂਡ ਦੇ ਵਿੱਚ, ਤੁਹਾਡਾ ਸੈਮੀ ਫਾਈਨਲ ਸ਼ੁਰੂ ਕਰੀਏ ਆਪਾਂ, ਇਹ ਫਾਈਨਲ ਖੇਡਿਆ ਜਾ ਰਿਹਾ ਕਾਲੇ ਸੰਘਿਆਂ ਦੇ ਕਾਰੀ ਦਾ। ਲਓ ਕਾਲੇ ਸੰਘਿਆਂ ਦਾ ਰੇਡ ਪਾ ਰਿਹਾ ਹੁਣ ਧਾਰੇ ਵਰਗੇ, ਮਾਨ ਵਰਗੇ, ਨਾਲ ਅਮਨੂ ਵਰਗੇ ਖਿਡਾਰੀ ਬਿਲਕੁਲ ਤਿਆਰ ਵਰ ਤਿਆਰ ਨੇ। ਹੁਣ ਦੇਖਾਂਗੇ ਵੀ ਅਮਨੂ ਵੱਜ ਗਈ ਕੈਂਚੀ, ਬੱਲੇ 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 ਬੱਲੇ, ਮਾਰਦੇ ਤਾੜੀ ਵੱਜ ਗਈ ਥਾਪੀ ਕਿ ਜੇ 21 ਪਾਉਣ ਸ਼ਰੀਕ ਤੇ 31 ਪਾਉਣੀ ਪੈਂਦੀ ਹੈ, ਜੇ ਕੋਈ ਖੰਘ ਮਨੋਟੀ ਖੰਘੇ ਤੇ ਖੰਘ ਹਟਾਉਣੀ ਪੈਂਦੀ ਹੈ। ਜੋਨੀ ਯੂਐਸਏ ਵਾਲਾ ਐਲਾਨ ਕਰ ਰਿਹਾ ਵੀ 500 ਰੁਪਈਆ ਜਿਹੜਾ ਅਮਨ ਕਾਰੀ ਦੇ ਵਾਸਤੇ ਜਿਹੜਾ ਦਿੱਤਾ ਜਾ ਰਿਹਾ, ਧੰਨਵਾਦ ਹੈ ਸਾਡੇ ਵੀਰ ਅਮਨੂ ਦੇ ਵਾਸਤੇ 500 ਰੁਪਏ ਦੇ ਵੱਡੇ ਮਾਨ ਸਨਮਾਨ ਸਾਡੇ ਵੀਰ ਜੋਨੀ ਯੂਐਸਏ ਉਹਨਾਂ ਦੇ ਵੱਲੋਂ ਦਿੱਤੇ ਜਾ ਰਹੇ ਹਨ। ਸਲਾਣੇ ਦੀ ਪੁੱਜ ਗਈ ਹੈ ਜੀ ਟੀਮ, ਬਹੁਤ ਬਹੁਤ ਧੰਨਵਾਦ ਹੈ ਸਾਡੇ ਬਹੁਤ ਹੀ ਸਤਿਕਾਰਯੋਗ ਸਤਨਾਮ ਸਿੰਘ ਜੀ ਸਕੱਤਰ ਸਾਹਿਬ ਜਿਹੜੇ ਦਿਸ਼ਾ ਨਿਰਦੇਸ਼ ਕਰ ਰਹੇ ਨੇ ਮਾਈਕ ਦੇ ਉੱਪਰ, ਤੇ ਇਧਰਲੇ ਪਾਸੇ ਸ਼ੀਪਾ ਆਪਣੀ ਟੀਮ ਦੇ ਵਾਸਤੇ ਇੱਕ ਹੋਰ ਪਲਾਨ ਦਾ ਵਾਧਾ ਕਰਦਾ ਹੋਇਆ ਤਾਂ ਵੀ 22 ਅਗਲੀ ਰੇਡ। ਹੁਣ ਅਗਲੀ ਕਬੱਡੀ ਫਿਰ ਦੇਖਾਂਗੇ ਵੀ 22 ਦੀ ਪੈਣ ਜਾ ਰਹੀ ਹੈ ਮੈਦਾਨ ਦੇ ਵਿੱਚ, 22 ਕਾਲੇ ਸੰਘਿਆਂ ਵਾਲੇ, ਤੇ ਇਧਰਲੇ ਪਾਸੇ ਹੁਣ ਦੇਖਾਂਗੇ ਵੀ ਕਾਰੀ ਪਿੰਡ ਵਾਲੇ, ਫਿਰ ਦੇਖਾਂਗੇ ਵੀ ਚਾਰ ਖਿਡਾਰੀ ਬਿਲਕੁਲ ਤਿਆਰ ਵਰ ਤਿਆਰ ਨੇ। ਹੁਣ ਚਾਰਾਂ ਦੇ ਵਿੱਚੋਂ ਕਿਹੜਾ ਜੱਫਾ ਲਾਊਗਾ ਦਾਰ, ਜਾਂ ਫਿਰ ਮਾਨ ਵਰਗੇ, ਜਾਂ ਫਿਰ ਅਮਨੂ ਫਿਰ ਕਰੂ ਕਮਾਲ, ਜਿੰਨੇ ਜੱਫੇ ਲੱਗਣਗੇ ਉਹਨੇ 500 ਸਾਡੇ ਵੀਰ ਜੋਨੀ ਯੂਐਸਏ ਉਹਨਾਂ ਦੇ ਵੱਲੋਂ ਦਿੱਤੇ ਜਾਣਗੇ। ਬੋਣਾ ਬਖਸ਼ ਨਸਰਾਲੀਆ, ਹਾਂਜੀ ਨਿੰਦੀ ਨਸਰਾਲੀਆ, ਠੀਕ ਹੈ ਜੀ, ਵੱਡੇ ਮਾਣ ਕਰਦੇ ਆ, ਧੰਨਵਾਦ ਹੈ ਹੁਣੇ ਬਖਸ਼ੇ ਹੋਣਾ ਦਾ, ਨਿੰਦੀ ਨਸਰਾਲੀ ਹੋਣਾ ਦਾ। ਔਰ
दुनिया के स्टार खेलन गए अज इधले पासे शेरा नहीं जफा ला सका दे नंबर रेडर दे से जुड़ता हुआ जसा कारी पिंड वाला अपनी टीम के खाते एक होर लखा मरका पॉइंट जोड़ता हुआ लैवी मनजिंदर पागली रेड जोनी यूएसए के वालों जेकर जफा लगेगा तो 500 दिता जाएगा लो देखा इधले पासे चां जाफिया के विचों केड़ा जफा ला के नंबर कारी की टीम के खाते जोड़ेगा वध के मनजिंदर की पई हुई रेड के उपर आओ देखा भी मान डकन की कोशिश करता है लेकिन पॉइंट रेडर के वास्ते मैदान में जुड़ता हुआ हाँ जी शीपे दे वास्ते शीपे दे चाचा जी देवराज जी 100 रुपए के वड्डे मान दे रहे ने उन्हां दा धन्नवाद है लो अगली रेड फिर शीपे की पेंडी हुई ते सुलाने की टीम भी पुज गई है ते दूसरे पासे टीम पंडाल दोनों की भी पुज चुकी है मालक मेहर करे इसे तरह का पाल साहब जेकर मौसम रहे तो कबड्डी की जिहड़ा है वह दुगड़ा नजारा देखने का भी खेलने का भी आएगा लो काका दे शीपा लेकिन शीपे ने अज पूरी बल्ले बल्ले करवाई है उसके चाचा जी भी वड्डे मान दे रहे हैं साडे सत्कारयोग सुखे उन्होंने वालों भी जो वड्डा मान सम्मान दिता जा रहा है शीपे दी रेडा के उपर लैवी अगली रेड हम फिर देखेंगे भी मैदान के बॉबी काले संघिया वाला पाँदा होया हाँ जी हाँ जी हाँ ठीक है धन्यवाद है जी मोना बख्शा जी धन्यवाद है नसराले तो पुजे हुए ने जिया सारे का लै भी जसिया पारेड दे मौसम बिल्कुल कबड्डी के अनुकूल हो गया मैं बेनती करता संत बाबा सतपाल सिंह कारी सारी ते बाबा फतेह सिंह कबड्डी क्लब घुगशोर साढ़े सुखे उन्होंने अगे बेनती है भी जल्दी तो जल्दी टीम लैके आए लाओ जस्से की रेड के उपर हम देखा भी मोनी मोनी कमाल करता दे नंबर रेडर के वास्ते पॉइंट धावी दे से जुड़ता हुआ है एक होर पॉइंट का वाधा हो गया है चल भी मनजिंदरा पा रेड हम मनजिंदर काले संघिया वाला रेड पाने के लिए मैदान के वधिया हुआ है ला चार खिलाड़ी बिल्कुल तैयार ने कारी पिंड वाले संत बाबा सतपाल सिंह कारी सारी ते बाबा फतेह सिंह कबड्डी क्लब घुगशोर ये टीम बिल्कुल तैयार होकर खेल ग्राउंड के लागे आने अगले मैचों के वास्ते लाओ एक कन्नी दे उपर अमनो नाल धारा ते नाल मान पर इधरे पासे मान डकन की कोशिश करता लेकिन सफलता रेडर के कदम चुमदी हुई नंबर काले संघिया की टीम के खाते जा जुड़े है चल भी शीपिया पा रेड अगली रेड कारी पिंड का शीपा पाने वास्ते मैदान के वधिया हुआ वध के पैंदी रेड नूं कौंठा लपा के दिखाउंदा इधरले पासे चार जाफियां दे विचों काले संघिया का काका लेकिन शीपा एक पासे काका दूसरे पासे शीपा आ भी टक्कर बरोबर दी है हुण कारी वाला नंबर जे जोड़ गया ते ताड़ियां जोरदार मार दिओ एक वारी शीपे दे नां दे उपर बल्ले बल्ले करवाईया शीपे ने भी प्रदीप वर्गे खिलाड़ी खेड रहे उधरले पासे साडे लंबड़ होणी साडे हरदीप होणी साडे पन्ने होणी निके सरपंच होणी तक रहे भी साडे नगर की टीम जिहड़ी है वधिया प्रदर्शन कर रही है काले संघिया ने भी वधिया खेड रहे है लो बावी इस समय कबड्डी पाँदा होया तो सामने देखा कि भी चारा दे बच्चों हो मान 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 बल्ले 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 ते पॉइंट काले संघिया का बावी जोड़ता हुआ समाप्ति चलते मैच की ते जितारा के फैसले देखा कि की अनाउंस होंगे है भी कि टीम किन्ने नंबर के जीतू रही है चलते मैच के विधि कारी के पॉइंट जेडे 18 नंबर ते काले संघिया के 22.5 पॉइंट एक बारी दोवां टीमों के नाम के उत्ते ताड़ी मार दो 18 ते 22 का कोई ज्यादा फर्क नहीं फर्स्ट काले संघिया के सैकंड कारी की टीम रही है 70 किलो भार वर्ग के विच ते नाल ही मेरी बेनती है सलाने की टीम आ जाए सेंटर लाइन के उपर ते पंडाल दोने की टीम आ जाए कलाबी बोलदे इस तों बाद केड़ा कलब जी संत बाबा सतपाल सिंह कारी सारी ते बाबा फतेह सिंह कबड्डी क्लब घुगशोर का जो मैच खेडा जाएगा ये भी टीमां जिहड़ियां बिल्कुल तैयार वर तैयार होकर खेड ग्राउंड के लागे अजना नौ दस ते 11 तरीका जिहड़ियां शाम चरासी के खेड वेले दियां बाबा शामी शाह जी स्पोर्ट्स क्लब और
और उत्थे साढ़े बहुत ही सत्कारयोग रोनी नरवाल की याद के जिहड़ा भोगपुर 13 नवंबर को कबड्डी का कप होगा साढ़े बहुत ही सत्कारयोग मैं विशेष तौर पर हरमिंदर सिंह जी नरवाल उन्होंने नाल साढ़े बहुत ही सत्कारयोग कमलजीत सिंह डल्ली सुरेंद्र लाडी साढ़े बहुत ही सत्कारयोग रोमी द्योल लड़ोई तो उन्होंने बहुत ही सत्कारयोग मास्टर सोमपाल जी होने सो सारे का धन्यवाद है जेडे 13 नवंबर न प्यार भरे सदे दे रहे हैं रोनी नरवाल की याद जो कबड्डी का कप भोगपुर होगा तो साढ़े हरमिंदर सिंह नरवाल उन्होंने वालों आलमगीर दयालपुरी साहब का जो वे पद्धर के उपर सम्मान होगा ये भी वे माण वाली गल है लो पंडाल दोने की टीम ते सलाने की टीम सलाने मालवे की टीम मेरे तो सजे पासे है ते मेरे तो खब्बे पासे एक दुआबे की टीम है जिले कपूरथले पंडाल दोने पिंडी संत बाबा सतपाल सिंह कारी सारी ते बाबा फतेह सिंह कबड्डी क्लब घुगशोर साढ़े सुखे घोगणा दे के बेनती है भी जल्दी तो जल्दी टीम लैके खेड ग्राउंड दे लागे आजण लो पहली रेड इसमें राजे पंडाल दोने वाले की पेंडी हुई ते अर्श सलाने वाला डकन की कोशिश करता होया चढ़ती बरेज का खिलाड़ी है लेकिन नंबर रेडर के खाते जुड़ता हुआ पॉइंट पहला नंबर पंडाल दोने की टीम से जा जुड़िया है यह सैमीफाइनल मैच खेडा जा रहा है चल भी मान पा अगली कबड्डी मान सलाने वाला अगली कबड्डी पाने के मैदान के वध्या हुआ है मैं बेनती करता संत बाबा सतपाल सिंह कारी सारी ते बाबा फतेह सिंह कबड्डी क्लब घुगशोर की टीम बिल्कुल तैयार होकर खेड ग्राउंड की लगी अभी सोनी पंडाल दोने वाला जफा लगे नंबर तामी साहब नंबर रेडर का कि जाफी का रेडर का भाजी लिख लो नंबर रेडर का सलाने की टीम का पॉइंट है बाबा नामदेव कबड्डी क्लब कमान ते मियादियां कला ये टीम बिल्कुल तैयार पर तैयार होकर खेड ग्राउंड के लागे आएगी अगले मैचों के वास्ते बाबा नामदेव कबड्डी क्लब कमान ते मियादियां कला इस तो पहला संत बाबा सतपाल सिंह कबड्डी क्लब कारी सारी ते बाबा फतेह सिंह कबड्डी क्लब घुगशोर की टीम जी बिल्कुल तैयार पर तैयार होकर खेड ग्राउंड के आए साडे बहुत ही सत्कारयोग सरदार जरनैल सिंह जी उन्होंने वालों अज वे पद्धर के उपर खजूरले वाले नीने का वाला मान सम्मान किया जाएगा साडे अजमेर होनी पुजे ने सारे का धन्यवाद किया जा रहा जिया इतने पुजन से मैं सारे साडे कबड्डी के खिलाड़ियों का कबड्डी के कोचा का इतने पुजन से जिया आखदा चल भी पंडाल दोने का राजा कबड्डी पाने के लिए वध्या होया राजे की रेड पेंदी हुई वरिंदर ते अर्श सलाने वाला चार जाफी जेडे बिल्कुल तैयार पर तैयार ने हुण देखांगे वी वरिंदर सलाने की धरती का डकन की कोशिश करता है एक पासे पंडाल दोने का नंबर अपनी टीम दे से मैदान दे जोड़ दोगे वी जी पानी पोइदा कर दो साडे रैफरी सबाना दे वास्ते जेडे वीर दी ड्यूटी पानी दे उपर सुखा बाबा प्लीज रैफरियां दे वास्ते पानी जेड़ा आपां पोइदा कर दईए गर्मी बहुत है फिर भी पानी ते चाह रैफरियां दे वास्ते बिल्कुल जरूरी है ते कबड्डी 365 दे जरिए जेडे साडे एनआरआई वीर जुड़े ने उन्हां दा भी धन्नवाद है साडे जिंदर उन्हां दा साडे चीकू उन्हां दा साडे पाली उन्हां दा लेकिन इहनूं सोनी पंडाल दोने दा कहिंदे आ जिहड़ा जफा ला के नंबर अपनी टीम दे से जोड़दा होया है ते सुखे घोगणा दे के बेनती है भई उह अपनी टीम ला के जल्दी तो जल्दी खेड ग्राउंड दे विच आउणगे बहुत तगड़ा मैच खेडा जाएगा ते तीन ते चार तरीक जी मूलेवाल खहरा के खेड मेले की प्यार भरे जे सदे है सुखे घुगशोर के वलों दिते जा रहे हैं क्योंकि भिंडे उन्होंने डाढ़िया यारियां ने इधले पासे देखांगे भी अगली रेड हुण फिर राजा पंडाल दोने का पा रहा है चल भी अर्श पर आओ देखांगे भी एक नंबर तो सलाने वाला नहीं जफा ला सका नंबर रेडर दे से मैदान के पंडाल दोने की टीम के वास्ते जुड़ता हुए संत बाबा सतपाल सिंह कारी सारी हेलो अजय जिंदर हैगा ता आवे नहीं मिलया नहीं कोई नहीं आए जिंदर यार जिंदर जिंदर भाजी आ टीकू उना दे नाल दा नहीं नहीं जिंदर टीकू उना दे नाल जो भाजी इत्थे आयो स्टेज ते जिंदर बहुत बहुत धन्यवाद है साडी जिंदर चीकू ते पाली उना दा जिन्हां दे वल्लों बहुत वड्डा सहयोग जिहड़ा हर साल
ਲੰਗਰਾਂ ਦੇ ਵਾਸਤੇ ਵੀ ਪੁੱਜਦਾ ਤੇ ਖੇਡ ਮੇਲੇ ਦੇ ਵਾਸਤੇ ਵੀ ਪੁੱਜਦਾ ਹੈ ਤੇ ਉੱਥੇ ਸਾਡੇ ਸਤਿਕਾਰਯੋਗ ਜਿੰਨੇ ਵੀ ਵੀਰ ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦੀ ਹਾਂ ਸਾਡੇ ਜੋਨੀ ਉਹਨਾਂ ਦਾ ਅਰਸ਼ ਵਰਗੇ ਸਾਰੇ ਵੀਰਾਂ ਦਾ ਜਿਹੜਾ ਤਹਿ ਦਿਲੋਂ ਧੰਨਵਾਦ ਕੀਤਾ ਜਾ ਰਿਹਾ ਸੰਤ ਬਾਬਾ ਸਤਪਾਲ ਸਿੰਘ ਕਾਰੀ ਸਾਰੀ ਤੇ ਨਾਲ ਹੀ ਮੇਰੀ ਬੇਨਤੀ ਹੈ ਬਈ ਟੀਮ ਬਿਲਕੁਲ ਤਿਆਰ ਪਰ ਤਿਆਰ ਹੋ ਕੇ ਬਾਬਾ ਫਤਿਹ ਸਿੰਘ ਕਬੱਡੀ ਕਲੱਬ ਘੁਗਸ਼ੋਰ ਦੀ ਜਿਹੜੀ ਟੀਮ ਜਲਦੀ ਤੋਂ ਜਲਦੀ ਆਵੇ ਦਵਿੰਦਰ ਸਿੰਘ ਜੀ ਨੂਰਾ ਸੋ ਬਹੁਤ ਬਹੁਤ ਧੰਨਵਾਦ ਹੈ ਸਿਕਰੀ ਤੋਂ ਰਾਜੇ ਥਿਆੜੇ ਵਰਗੇ ਰਾਣੇ ਧਾਮੀ ਹੁਣੀ ਪੁੱਜੇ ਨੇ ਸਾਰਿਆਂ ਦਾ ਧੰਨਵਾਦ ਕੀਤਾ ਜਾ ਰਿਹਾ ਇੱਥੇ ਪੁੱਜਣ ਤੇ ਜੀ ਆਇਆਂ ਨੂੰ ਸਾਡੇ ਤਜਿੰਦਰ ਸਿੰਘ ਜੀ ਕਾਲਕਟ ਹੁਣੀ ਬਲੋਚਨ ਸਿੰਘ ਜੀ ਧਾਮੀ ਸਾਹਿਬ ਜਿੰਦਰ ਜਿੱਥੇ ਵੀ ਹੋਵੇ ਜਿੰਦਰ ਭਾਈ ਸਾਡੀ ਆਵਾਜ਼ ਸੁਣਦਾ ਹੋਵੇ ਜਿੰਦਰ ਸਟੇਜ ਤੇ ਆਵੇ ਇੱਕ ਮਿੰਟ ਜੀ ਤੁਸੀਂ ਹੁਣ ਜਰਾ ਮਿਲਿਆ ਸਾਨੂੰ 10 ਕੁ ਮਿੰਟ ਦਿਓ ਜੀ ਓਕੇ ਜੀ ਓਕੇ ਅਸੀਂ ਆ ਮਾਨ ਸਨਮਾਨ ਕਰਨੇ ਆ ਕੁਝ ਸੱਜਣਾਂ ਦੇ ਆ ਯਾਰ ਕਰੀ ਮੜੀਏ ਬਾਬਾ ਜੀ ਕਿੱਥੇ ਗਏ ਬਾਬਾ ਜੀ ਆਇਓ ਕਹਾਂ ਇੱਧਰ ਬਾਬਾ ਜੀ ਹਾਂਜੀ ਗੁਰਮੇਲ ਸਿੰਘ ਹੁਣੀ ਆਪਣਾ ਮਾਨ ਸਨਮਾਨ ਪ੍ਰਾਪਤ ਕਰਨ ਜੀ ਗੁਰਮੇਲ ਸਿੰਘ ਆ ਜਾਓ ਜੀ ਆ ਜਾਓ ਉਹ ਦੇ ਉਹ ਪਰੇ ਉਹ ਡੱਬਿਆਂ ਵਾਲੀ ਭਰਾ ਮਨਦੀਪ ਲਫਾਫੇ ਵਿੱਚ ਆ ਲਓ ਜੀ ਬਾਬਾ ਜੀ ਫੜਾਓ ਆ ਜੀ ਗੋਪੀ ਗੋਪੀ ਜੀ ਆ ਚੱਕੀ ਵਾਲਾ ਜੀ ਗੋਪੀ ਜੀ ਗੋਪੀ ਜੀ ਚੱਕੀ ਵਾਲਾ ਗੋਪੀ ਆ ਗੋਪੀ ਚੱਕੀ ਆ ਬੀਜਾ ਭਾਜੀ ਇੱਥੇ ਹੈਗਾ ਤਾਂ ਆਪਣਾ ਮਾਨ ਸਨਮਾਨ ਪ੍ਰਾਪਤ ਕਰੇ ਜੀ ਬੀਜਾ ਆ ਮੋਹਨ ਲਾਲ ਜੀ ਆ ਸੋਟੀ ਹੋਣਾ ਜੋ ਜੀ ਸੋਟੀ ਜਿੱਥੇ ਵੀ ਹੈਗਾ ਆਪਣੇ ਮਾਨ ਸਨਮਾਨ ਪ੍ਰਾਪਤ ਕਰੇ ਜੀ ਸੋਟੀ ਜੀ ਯਾਰ ਇੱਥੇ ਹੀ ਆ ਸਾਰੇ ਫਿਰ ਮੁੜ ਕੇ ਕਹਿੰਦੇ ਰਹਿੰਦੇ ਸਾਨੂੰ ਮਿਲ ਸੋਟੀ ਸੋਟੀ ਜੀ ਉਹ ਆ ਗਿਆ ਸੋਟੀ ਆਪਣਾ ਮਾਨ ਸਨਮਾਨ ਪ੍ਰਾਪਤ ਕਰੇ ਜੀ ਉਹ ਤੋਂ ਬਾਅਦ ਜਗਤਾਰ ਸਿੰਘ ਜੀ ਜਗਤਾਰ ਸਿੰਘ ਰਣਜੀਤ ਸਿੰਘ ਉਹਨਾਂ ਦੇ ਡੈਡੀ ਜਗਤਾਰ ਸਿੰਘ ਜੀ ਹੋਣੀ ਜਿੱਥੇ ਵੀ ਹੁਣ ਸਾਡੀ ਆਵਾਜ਼ ਸੁਣਦੇ ਸਟੇਜ ਤੇ ਆਉਣ ਜੀ ਰਣਜੀਤ ਸਿੰਘ ਉਹਨਾਂ ਦੇ ਡੈਡੀ ਜੀ ਹਾਂਜੀ ਸਤਨਾਮ ਸਿੰਘ ਇੱਕ ਮਿੰਟ ਜੀ ਹੁਣ ਸਾਨੂੰ ਦੇ ਦਿਓ ਜੀ ਟਾਈਮ ਹੋ ਜਾ ਰਣਜੀਤ ਸਿੰਘ ਉਹਨਾਂ ਦਾ ਆ ਦੇ ਉਹਨਾਂ ਨੂੰ ਹਾਂ ਰਣਜੀਤ ਸਿੰਘ ਦੇ ਡੈਡੀ ਜਗਤਾਰ ਸਿੰਘ ਜੀ ਗੁਰਦਿਆਲ ਸਿੰਘ ਜੀ ਦਿਆਲ ਭਾਜੀ ਗੁਰਦਿਆਲ ਸਿੰਘ ਜੀ ਆਪਣਾ ਮਾਨ ਸਨਮਾਨ ਲੈਣ ਸ਼ੈਲ ਸਿੰਘ ਜੀ ਗਿਆਨ ਸਿੰਘ ਜੀ ਆਪਣਾ ਮਾਨ ਸਨਮਾਨ ਪ੍ਰਾਪਤ ਕਰਨ ਜੀ ਗਿਆਨ ਸਿੰਘ ਜੀ ਹੁਣੀ ਭਾਜੀ ਸੁਖਮਿੰਦਰ ਸਿੰਘ ਜੀ ਚੱਲ ਫੜ ਆਜਾ ਆਜਾ ਮੈਂ ਤਾਂ ਕਿਹਾ ਹੈ ਹੀ ਨਹੀਂ ਚੱਲ ਲੈ ਬਾਬਿਆਂ ਤੋਂ
ਆ ਬਿਕਰਮ ਸਿੰਘ ਹੈਗਾ ਜੀ ਅਜਿੰਦਰ ਹੋਣਾ ਦਾ ਫੜ ਲਓ ਬਿੱਕੇ ਅਜਿੰਦਰ ਹੋਣਾ ਦਾ ਮਾਨ ਸਨਮਾਨ ਚਿੰਨ ਫੜ ਲਓ ਜੀ ਇਹ ਹਰਜਿੰਦਰ ਸਿੰਘ ਦਾ ਹੈ ਜਿੰਦਰ ਤਾਂ ਉੱਤਰ ਆ ਤੁਸੀਂ ਨਹੀਂ ਨਹੀਂ ਉਹਨਾਂ ਦੇ ਨੀ ਜਿੰਦਰ ਹਰਜਿੰਦਰ ਸਿੰਘ ਸਾਨਾ ਬਖਸ਼ੀਸ਼ ਸਿੰਘ ਜੀ ਹਰਜਿੰਦਰ ਸਿੰਘ ਸਾਨਾ ਬਖਸ਼ੀਸ਼ ਸਿੰਘ ਜੀ ਹਰਜਿੰਦਰ ਸਿੰਘ ਸਾਨਾ ਬਖਸ਼ੀਸ਼ ਸਿੰਘ ਬਖਸ਼ੀਸ਼ ਸਿੰਘ ਆ ਜਾਓ ਜੀ ਬਖਸ਼ੀਸ਼ ਸਿੰਘ ਤੂੰ ਵੀ ਆਜਾ ਜਿੰਦਰ ਆ ਜਾ ਬਾਬਾ ਫਤਿਹ ਸਿੰਘ ਕਬੱਡੀ ਕਲੱਬ ਘੁਗਸ਼ੋਰ ਤੇ ਕਾਰੀ ਸਾਰੀ ਆ ਜਾਓ ਜਲਦੀ ਸੰਤ ਬਾਬਾ ਸਤਪਾਲ ਸਿੰਘ ਕਾਰੀ ਸਾਰੀ ਤੇ ਬਾਬਾ ਫਤਿਹ ਸਿੰਘ ਕਬੱਡੀ ਕਲੱਬ ਘੁਗਸ਼ੋਰ ਦੇ ਅੱਗੇ ਬੇਨਤੀ ਹੈ ਵੀ ਜਲਦੀ ਟੀਮ ਆ ਜਾਓ ਮੈਚ ਬਿਲਕੁਲ ਆਖਰੀ ਪਲਾਂ ਦੇ ਉੱਪਰ ਖੇਡਿਆ ਜਾ ਰਿਹਾ ਮਾਈਕਰੋ ਟੂ ਸਟੇਜ ਸਾਡੇ ਬਹੁਤ ਹੀ ਸਤਿਕਾਰਯੋਗ ਪਾਲੀ ਉਹਨਾਂ ਦਾ ਨਾ ਮਾਨ ਸਨਮਾਨ ਇਹੋ ਤੁਹਾਨੂੰ ਤੁਹਾਡੇ ਵਾਲਾ ਬਿਕਿਨ ਦੇਤਾ ਆ ਜਾ ਬਖਸ਼ੀਸ਼ ਸਿੰਘ ਜੀ ਹੋਣੀ ਹੈਗੇ ਤਾਂ ਆਪਣਾ ਮਾਨ ਸਨਮਾਨ ਪ੍ਰਾਪਤ ਕਰਨ ਜੀ ਬਖਸ਼ੀਸ਼ ਸਿੰਘ ਹੋਣੀ ਅਮਨਦੀਪ ਅਮਨਦੀਪ ਕਮਲ ਕਮਲ ਜਿੱਥੇ ਵੀ ਹੋਵੇ ਅਮਨਦੀਪ ਉਹਨਾਂ ਦਾ ਮਾਨ ਸਨਮਾਨ ਪ੍ਰਾਪਤ ਕਰਨ ਜੀ ਕਮਲ ਕਮਲ ਆ ਕਮਲ ਯਾਰ ਜਿੱਥੇ ਵੀ ਹੈਗਾ ਮਾਨ